ਬੋਲੇਗਾ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਆਪਾਂ ਚੱਲੇ ਹਾਂ ਅੱਜ ਟੂਰਨਾਮੈਂਟ 'ਤੇ, ਅਤੇ ਆਪਣਾ ਭਰਾ ਸ਼ੁਕਲਾ, ਅਤੇ ਆਪਾਂ ਮਿਲਦੇ ਹਾਂ ਟੂਰਨਾਮੈਂਟ 'ਤੇ, ਅਤੇ ਸਾਡਾ ਬਲੌਗ ਲਾਸਟ ਤੱਕ ਜ਼ਰੂਰ ਦੇਖਿਓ, ਅਤੇ ਚੈਨਲ ਨੂੰ ਸਾਰੇ ਜਣੇ ਕਰ ਲਿਓ ਸਬਸਕ੍ਰਾਈਬ, ਅਤੇ ਬੜੇ ਘੈਂਟ ਘੈਂਟ ਬਲੌਗ ਆਉਣੇ ਆ। ਧੰਨਵਾਦ ਜੀ। ਹਾਂਜੀ ਗਾਇਜ਼, ਕਿਵੇਂ ਹੋ ਸਾਰੇ? ਆਈ ਹੋਪ ਕਿ ਸਭ ਵਧੀਆ ਹੀ ਹੋਣਗੇ। ਤਾਂ ਮੈਂ ਮਾਨਕ ਬਾਈ ਆਪਣੇ ਨਾਲ ਇੱਕ ਹੋਰ ਨਵੀਂ ਵੀਡੀਓ ਨਾਲ ਤੁਹਾਡੇ ਸਾਹਮਣੇ ਪੇਸ਼ ਹੋ ਰਹੇ ਹਾਂ। ਤਾਂ ਆਪਣੇ ਨਾਲ ਆਏ ਵੀ ਨੇ ਭਾਅ ਜੀ ਪਰਮਿੰਦਰ ਭਾਅ ਜੀ, ਰੋਪੜ ਸਿਟੀ ਦੇ ਨਾਲ ਵਾਲਾ ਜਿਹੜੇ ਫੇਮਸ ਨੇ। ਤਾਂ ਭਾਅ ਜੀ ਅੱਜ ਆਪਾਂ ਕਿਹੜੇ ਪਿੰਡ ਆਏ ਭਾਅ ਜੀ? ਹੋਣੇ ਪਿੰਡ ਆਏ ਵੇ ਹਾਂ। ਇੱਥੇ ਚੱਲ ਰਿਹਾ ਇੱਕ ਮੈਚ ਜਿੱਥੇ ਸਾਨੂੰ ਇਨਵਾਈਟ ਕੀਤਾ ਸੀ, ਉੱਥੇ ਆਪਾਂ ਆਏ ਵੇ ਹਾਂ। ਤਾਂ ਦੇਖੋ ਬਾਈ, ਸਾਹਮਣੇ ਚੱਲ ਰਿਹਾ ਮੈਚ। ਇੱਥੇ ਆਪਣੇ ਭਾਈ ਸਾਰੇ ਹੁਣੇ ਬੈਠੇ ਵੇ ਆ, ਟੀਮ ਆਪਣੀ ਸਾਰੀ ਬੈਠੀ ਹੋਈ ਆ। ਠੀਕ ਹੈ ਜੀ, ਤੁਹਾਨੂੰ ਦਿਖਾ ਦਿੰਦੇ ਹਾਂ ਸਾਹਮਣੇ ਤੋਂ। ਫਿਰ ਭਾਅ ਜੀ, ਹੋਰ ਭਾਅ ਜੀ ਕਿਵੇਂ ਹੋ? ਵਧੀਆ ਵਧੀਆ ਛੱਕੇ ਦੇ ਛੱਕਾ ਵੱਜ ਰਿਹਾ ਭਾਅ ਜੀ। ਠੀਕ ਹੈ ਪੂਰਾ ਠੀਕ ਹੈ ਬਾਈ। ਗਰਮੀ ਕਿੱਦਾਂ ਦੀ ਹੋਈ ਵੀ? ਗਰਮੀ ਵੀ ਪੂਰੀ ਹੈ ਨਾ, ਗਰਮੀ ਬਹੁਤ ਹੈ ਨਾ। ਠੀਕ, ਸ਼ੁਕਲਾ ਬਾਈ ਉਹ ਬੈਠੇ ਆਪਣੇ। ਚਲੋ ਦਿਖਾ ਦਿੰਦੇ ਸਾਨੂੰ ਸਾਹਮਣੇ ਸਾਰੇ ਜਣੇ। ਇਹ ਸਾਰੀ ਆਪਣੀ ਟੀਮ ਬੈਠੀ ਹੋਈ ਹੈ ਜੀ। ਇਹ ਭਾਅ ਜੀ ਆਪਣੇ ਆਪਣੇ ਸ਼ੁਕਲਾ ਬਾਈ ਸਾਰੇ ਜਣੇ ਬੈਠੇ ਹੋਏ ਆਪਣੀ ਟੀਮ, ਅਤੇ ਉਹ ਚੱਲ ਰਿਹਾ ਸਾਹਮਣੇ ਮੈਚ। ਉੱਧਰ ਵੀ ਦੇਖ ਲਓ ਬਾਈ, ਸਾਰੇ ਜਣੇ ਬੈਠੇ ਹੋਏ ਨੇ, ਬੜੇ ਆਨੰਦ ਮਾਣ ਰਹੇ ਮੈਚ ਦਾ ਬਾਈ, ਸ਼ੈੱਡ ਥੱਲੇ ਬੈਠ ਕੇ। ਇੱਧਰ ਭਾਅ ਜੀ ਆਪਣੇ ਡਰੋਨ ਸ਼ੋਟ ਲੈਣ ਲੱਗੇ ਆ, ਹੁਣ ਡਰੋਨ ਚਲਾਉਣ ਲੱਗੇ ਆ। ਹੈਂ, ਕੰਟਰੋਲ ਕਿਹਦੇ ਹੱਥ ਮੈਂ? ਸ਼ੁਕਲੇ ਭਾਈ ਦੇ ਹੱਥ ਮੈਂ ਕੰਟਰੋਲ ਆ। ਠੀਕ ਆ, ਕਰੋ ਬਾਈ ਸਟਾਰਟ। ਭਾਈ ਕਰੋ ਫਿਰ ਡਰੋਨ ਸਟਾਰਟ, ਛੇਤੀ ਕਰੋ। ਲਓ ਬਾਈ, ਡਰੋਨ ਸਟਾਰਟ ਹੋਣ ਲੱਗਿਆ। ਹੁਣ ਕਰਨ ਕੌਣ ਲੱਗੇ ਆ? ਆਪਣੇ ਪਰਮਿੰਦਰ ਭਾਈ। ਪੱਤੀਆਂ ਰਾਵਟ ਦੀਆਂ ਹੁੰਦੀਆਂ ਨਾ। ਆ ਲਓ ਜੀ, ਮੈਂ ਡਰੋਨ ਫੜਨ ਲੱਗਿਆ ਜੀ। ਚੱਲ ਬਾਬਾ ਜੀ, ਉਡਾ ਦੋ ਉਡਾ ਦੋ। ਚੱਲ ਪਿਆ ਡਰੋਨ, ਹੋ ਗਿਆ ਹੌਜ। ਚੱਲ ਚੱਲ ਬਾਈ, ਉਹ ਆ ਗਈ ਬੋਲ, ਚੱਕ ਛੱਕਾ ਲੈ ਬਾਬਾ ਜੀ, ਛੱਕਾ ਪੈ ਗਿਆ ਹੁਣ ਤਾਂ ਬਾਈ ਨੂੰ। ਕਿੰਨੇ ਕਿੰਨੇ ਸੀਨੀਅਰ ਪਲੇਅਰ ਭਾਅ ਜੀ? ਸੀਨੀਅਰ ਪਲੇਅਰ ਦੱਸੇ ਜਾਂਦੇ ਆ ਭਾਅ ਜੀ,
ਠੀਕ ਹੈ 38 ਸਾਲ ਭਾਈ ਦੀ ਉਮਰ ਹੋ ਗਈ ਹੈ ਭਾਈ 38 ਸਾਲ ਤੋਂ ਭਾਈ ਮੈਚ ਖੇਡਦੇ ਆ ਰਹੇ ਆ ਓਵਰ ਪਾਉਂਦੇ ਆ ਭਾਈ ਓਵਰ ਦੇਖੀ ਲੈਫਟ ਹੈਂਡ ਮਾਉਂਦਾ ਤਿੱਖੀ ਬਾਲ ਲੈਸ ਕੇ ਮਾਰ ਠੀਕ ਹੈ ਠੀਕ ਹੈ ਜੀ ਲੈਫਟ ਹੈਂਡਰ ਬੋਲਰ ਹੈ ਨਾ ਸਮਝ ਨਹੀਂ ਆਉਂਦੀ ਇਹ ਅੱਛਾ ਅੱਛਾ ਠੀਕ ਹੈ ਜੀ ਲਵੀ ਭਾਜੀ ਆਪਣੇ ਆਪਣਾ ਕਿਹੜਾ ਪਿੰਡ ਆ ਭਾਈ ਲਖਮੀਪੁਰ ਹੈ ਸਾਰੇ ਹਨ ਲਖਮੀਪੁਰ ਦੀ ਟੀਮ ਹੈ ਸਾਰੀ ਹੈ ਨਾ ਅੱਛਾ ਜੀ ਭਾਈ ਮੈਚ ਚੱਲ ਰਿਹਾ ਤਾਂ ਡਿਸਟਰਬ ਨਾ ਕਰੀਏ ਭਾਈ ਵਿੱਚ ਬੋਲ ਬੂਲ ਵੱਜਿਆ ਕਰਦੀ ਹੈ ਤਾਂ ਕਰਕੇ ਆਪਾਂ ਆ ਗਏ ਸਾਈਡ 'ਤੇ ਤਾਂ ਆਪਾਂ ਹੁਣ ਚੱਲੇ ਆਪਣੇ ਉੱਧਰ ਟੀਮ ਕੋਲ ਉੱਧਰ ਚੱਲ ਕੇ ਆਪਾਂ ਬਹਿੰਦੇ ਹਾਂ ਉੱਧਰੋਂ ਦਿਖਾਉਂਦੇ ਹਾਂ ਤੁਹਾਨੂੰ ਆਪਣੀ ਸਾਰੀ ਟੀਮ ਇੱਥੇ ਇਕੱਠੀ ਹੋਣ ਲੱਗੀ ਹੈ ਦੇਖੋ ਜੀ ਮੈਚ ਹੋ ਗਿਆ ਖਤਮ ਆਪਣੀ ਟੀਮ ਇੱਥੇ ਸਾਰੀ ਇਕੱਠੀ ਹੋਣ ਲੱਗੀ ਆ ਸਾਡੇ ਵੀਰ ਥੋੜੇ ਥੋੜੇ ਪਿੰਡ ਵਾਲਿਆਂ ਨੇ ਟੂਰਨਾਮੈਂਟ ਵਧੀਆ ਕਰਾਇਆ ਅੱਜ ਹਰ ਸੰਡੇ ਮੈਚ ਹੁੰਦੇ ਆ ਪੰਜ ਟੀਮਾਂ ਰੱਖ ਕੇ ਬਹੁਤ ਵਧੀਆ ਟੂਰਨਾਮੈਂਟ ਕਰਾਉਂਦੇ ਸਾਡੇ ਪਿੰਦਰ ਵੀਰ ਦੀ ਟੌਪ ਹੈ ਬਾਕੀ ਟਰੋਫੀਆਂ ਟਰੂਫੀਆਂ ਸਭ ਕੁਛ ਕਰਨਾ ਜੇ ਕੋਈ ਲੈਣਾ ਵੀਰ ਦੇ ਗੀਤ ਨੂੰ ਜਿੰਨਾ ਸ਼ੇਅਰ ਕਰ ਸਕਦੇ ਓਨਾ ਵੱਧ ਵੱਧ ਕਰੋ ਆਪਣੇ ਏਰੀਏ ਦਾ ਬਾਈ ਸਿੰਗਰ ਆ ਵੀਰ ਲੱਭ ਕੇ ਕਰੋ ਵੀਰ ਸਪੋਰਟ ਹਰ ਜੀ ਇੱਕ ਥੋੜ੍ਹੀ ਪੁੱਛਣਾ ਤਾਂ ਕਿ ਜਿਹੜਾ ਟੂਰਨਾਮੈਂਟ ਆ ਤੁਸੀਂ ਕਿੰਨੇ ਸਾਲ ਹੋ ਗਏ ਤੁਹਾਨੂੰ ਕਰਾਉਂਦੇ ਨੂੰ 10-12 ਸਾਲ ਹੋ ਗਏ ਜੀ ਇਹ ਸਾਡੇ ਲਗਾਤਾਰ ਹੀ ਚੱਲਦੇ ਓਕੇ ਭਾਜੀ ਜਿਹੜੀ ਸ਼ੋਪ ਦੱਸ ਰਹੇ ਹੋ ਟੂਰਨਾਮੈਂਟ ਦਾ ਸਮਾਨ ਵਗੈਰਾ ਮਿਲਦਾ ਤੇ ਕਿੱਥੇ ਤੁਹਾਡੀ ਸ਼ੋਪ ਦਾ ਉਹਦਾ ਪ੍ਰੋਪਰ ਐਡਰੈਸ ਦੱਸ ਦਿਓ ਰੋਪੜ ਆ ਜੱਗੀ ਮੈਡੀਕਲ ਸਟੋਰ ਕੋਲ ਕੰਗ ਸਪੋਰਟਸ ਐਂਡ ਟਰੋਫੀਜ਼ ਓਕੇ ਭਾਈ ਜਿਹੜਾ ਤੁਹਾਡਾ ਗਾਣਾ ਆਇਆ ਪਿਆ ਉਹਦੀ ਕਿਹੜੀ ਸਾਈਡ ਹੈ ਉਹਨੂੰ ਕਿੱਥੋਂ ਜਾ ਕੇ ਬੰਦਾ ਚੈੱਕ ਕਰ ਸਕਦਾ ਅਗਰ ਕੰਨਾ ਹੋਵੇ ਹਾਂਜੀ ਭਾਜੀ ਇਹ ਗਾਣਾ ਰਿਲੀਜ਼ ਹੋਇਆ ਕਲਾਸਿਕ ਮੀਡੀਆ ਰੈਕਡਸ ਯੂਟਿਊਬ ਤੇ ਚੈਨਲ ਹੈ ਓਕੇ ਉਹਦੇ ਤੇ ਰਿਲੀਜ਼ ਹੋਇਆ ਤੇ ਬਾਕੀ ਜਿੰਨੇ ਵੀ ਪਲੇਟਫਾਰਮ ਹੈਗੇ ਨੇ ਆਪਣੇ ਯੂਟਿਊਬ ਹੋ ਗਿਆ ਸਪੋਟੀਫਾਈ ਆਈਟਿਊਨਸ ਕਿਤੇ ਵੀ ਤੁਸੀਂ ਸਰਚ ਕਰੋਗੇ ਮੀਤ ਧਾਲੀਵਾਲ MWET ਮੀਤ ਅੱਗੇ ਧਾਲੀਵਾਲ ਸਰਚ ਕਰੋਗੇ ਤਾਂ ਹਰ ਪਲੇਟਫਾਰਮ 'ਤੇ ਗਾਣਾ ਅਵੇਲੇਬਲ ਮਿਲੇਗਾ ਬਾਈ ਗਾਣੇ ਦੋ ਬੋਲ ਸੁਣਾ ਦਿਓ ਫਿਰ ਇੱਕ ਵਾਰੀ ਜੀ ਗਾਣੇ ਦੇ ਬੋਲ ਕਹਿੰਦਾ ਉਹ ਸਿਰੇ ਉੱਤੇ ਚੜਦੇ ਸੀ ਜੋ ਮਿੰਟਾਂ ਵਿੱਚ ਲਾਤੇ ਜੱਟ ਨੇ ਕਹਿੰਦੇ ਗਰੇਵਾਲ ਚੱਕਣਾ ਵਾਣੀ ਅੱਜ ਪਾਤੇ ਜੱਟ ਨੇ ਕਰਦੇ ਸੀ ਫੋਕੀ ਟੈਂ ਟੈਂ ਕੰਨੀ ਹੱਥ ਲਾਉਣਗੇ ਨੀ ਅੱਖਾਂ ਵਿੱਚ ਰੜਕਣ ਜਿਹੜੇ ਵੇਖੀ ਪਛਤਾਉਣਗੇ ਨੀ ਅੱਖਾਂ ਵਿੱਚ ਰੜਕਣ ਜਿਹੜੇ ਲਓ ਜੀ ਸਾਰੇ ਜਿਹੜੇ ਤਾੜੀਆਂ ਮਾਰ ਦਿਓ ਤੇ ਕਿੱਦਾਂ ਦਾ ਲੱਗਿਆ ਬਾਈ ਗਾਣਾ ਸਾਰੇ ਜਣੇ ਜ਼ਰੂਰ ਦੱਸਿਓ ਤੇ ਸਾਰੇ ਜਣੇ ਨੇ ਜਾ ਕੇ ਸ਼ੇਅਰ ਕਰਨਾ ਹੈ ਯੂਟਿਊਬ 'ਤੇ ਬਾਈ ਦਾ ਗਾਣਾ ਆ ਚੁੱਕਿਆ ਅਤੇ ਸਪੋਟੀਫਾਈ 'ਤੇ ਵੀ ਅਤੇ ਇੰਸਟਾਗ੍ਰਾਮ 'ਤੇ ਵੀ ਅਤੇ ਕਿਤੇ ਵੀ ਜਾ ਕੇ ਤੁਸੀਂ ਗਾਣਾ ਜ਼ਰੂਰ ਸਾਰੇ ਜਣੇ ਭਰਾਵਾਂ ਨੇ ਰੀਲਾਂ ਬਣਾਉਣੀਆਂ ਬਾਈ ਨੂੰ ਅਤੇ ਬਾਈ ਨੂੰ ਮੈਂਸ਼ਨ ਕਰਨੀ ਹੈ ਅਤੇ ਆਪਣੇ ਪੇਜ ਰੋਪੜ ਸਿਟੀ ਨੂੰ ਮੈਂਸ਼ਨ ਕਰ ਦਿਓ ਸਾਰੇ ਦੀ ਸਟੋਰੀ ਲਾਵਾਂਗੇ ਅਤੇ ਗਾਣਾ ਇੱਕ ਵਾਰੀ ਚਲਾ ਦੇਣਾ ਦੀਪਕ ਢਿੱਲੋਂ ਨਾਲ ਅਤੇ ਬਾਈ ਬਹੁਤ ਬਹੁਤ ਵਧਾਈਆਂ ਤੁਹਾਨੂੰ ਅਤੇ ਮਿਲਦੇ ਆਪਾਂ ਵੀਰ ਜੀ ਹੁਣ ਆਪਾਂ ਚੱਲੇ ਕ੍ਰਿਕਟ ਮੈਚ 'ਚੋਂ ਹੁਣ ਸਾਡੇ ਕੋਲ ਟਾਈਮ ਨਹੀਂ ਹੈ ਕਿਉਂਕਿ ਅੱਗੇ ਕਿ ਦੋ ਤਿੰਨ ਜਗ੍ਹਾ ਹੋਰ ਜਾਣਾ ਠੀਕ ਹੈ ਜੀ ਉਹਨਾਂ ਤੁਹਾਨੂੰ ਲਾਸਟ ਸ਼ੋਟ ਦਿਖਾਉਂਦੇ ਆਪਾਂ ਆਹ ਬੰਦਾ ਲਾਸਟ ਹੋਈ ਪਈ ਆ ਕਹਿੰਦੇ ਕੁਲਦੀਪ ਮਾਣਕ ਬਾਈ ਸਬਸਕ੍ਰਾਈਬ ਕਰ ਦਿਓ ਸਾਡਾ ਚੈਨਲ ਦਾ ਕੁਲਦੀਪ ਮਾਣਕ ਵਲੌਗਸ ਨੂੰ ਠੀਕ ਹੈ ਜੀ ਤੇ ਰੋਪੜ ਸਿਟੀ ਪੇਜ ਨੂੰ ਤੇ ਰੋਪੜ ਸਿਟੀ ਚੈਨਲ ਨੂੰ ਤੇ ਵੀ ਕਰ ਦਿਓ ਉਹ ਚੈਨਲ ਨੂੰ ਬਾਈ ਸਬਸਕ੍ਰਾਈਬ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰੋ ਬਾਈ ਠੀਕ ਹੈ ਤੁਹਾਡੇ ਵਾਸਤੇ ਆਪਾਂ ਇੰਨੀ ਮਿਹਨਤ ਕਰ ਰਹੇ ਗਰਮੀ 'ਚ ਲੈ ਲਓ ਬਾਈ ਧੁੱਪ 'ਚ ਘੁੰਮ ਰਹੇ ਨੇ ਠੀਕ ਹੈ ਬਹੁਤ ਮਾਣਕ ਦਾ ਰੰਗ ਵੀ ਦੇਖ ਲਓ ਕਾਲਾ ਹੋ ਚੁੱਕਿਆ ਪੂਰਾ ਬਾਈ ਸਾਡੇ ਵੀ ਰੰਗ ਕਾਲੇ ਹੋ ਚੁੱਕੇ ਕੋਈ ਗੱਲ ਨਹੀਂ ਬਾਈ ਹੈ ਹੀ ਹੈ ਬਾਈ ਕਿਆ ਕਰੀਏ ਠੀਕ ਨੈਚੁਰਲ ਹੈ ਬਾਈ ਕਿਆ ਕਹਿ ਸਕਦੇ ਹਾਂ ਠੀਕ ਨਹੀਂ
ਹਾਂਜੀ ਬਾਈ ਸਾਰਿਆਂ ਨੂੰ ਬਾਈ ਆਪਾਂ ਮੈਚ ਵੀ ਦੇਖ ਲਿਆ, ਸਭ ਕੁਝ ਦੇਖ ਲਿਆ ਆਪਾਂ ਨੇ, ਠੀਕ ਹੈ ਜੀ। ਤੇ ਆਪਣਾ ਭਾਈ ਦਾ ਗਾਣਾ ਵੀ ਸੁਣਾ ਤਾ, ਭਾਈ ਦਾ ਗਾਣਾ ਆਇਆ ਤਾਂ ਦੱਬ ਕੇ ਸਪੋਰਟ ਕਰੋ ਬਾਈ ਸਾਰੇ ਜਣੇ। ਤਾਂ ਬਾਈ ਆਪਾਂ ਚੱਲੇ ਹਾਂ ਹੁਣ ਬਾਈ, ਮੈਚ ਹੋ ਚੁੱਕਿਆ ਖਤਮ ਤੇ ਭਾਜੀ ਆਪਣੇ ਲੱਗੇ ਬਸ ਐਂਡਿੰਗ ਇਹ ਆ। ਤੇ ਅਸੀਂ ਵੀ ਹੁਣ ਚੱਲੇ ਬਾਈ, ਮੋੜ ਲਓ ਆਪਣੀ ਬੱਕਰੀ ਬੱਕਰੀ ਮੋੜੋ ਫਿਰ, ਚਲੋ ਫਿਰ ਬੈਠੀਏ। ਨਾ ਨਾ ਬਾਈ ਆਇਆ ਨੀ, ਨਾ ਨਾ ਪਵਿੱਤਰ ਹਾਂ ਦੇਖ ਲਓ ਬਾਈ, ਨਾਲੇ ਟਾਵਰ ਲੱਗਿਆ ਵਾ, ਨਾਲੇ ਸ਼ਮਸ਼ਾਨ ਘਾਟ ਆ ਜੀ, ਠੀਕ ਹੈ ਜੀ। ਥਾਣੇ ਦਾ ਹੋਰ, ਥਾਣੇ ਦਾ ਸ਼ਮਸ਼ਾਨ ਘਾਟ ਆ, ਇੱਥੇ ਹੀ ਜਾਂਦੇ ਬਾਈ ਸਾਰੇ, ਆਖਰੀ ਘਰ ਬਾਈ ਸਾਰਿਆਂ ਦਾ, ਸਾਰਿਆਂ ਦਾ ਸਾਡਾ ਦਾ ਮੰਦਿਰ ਆਖਰੀ ਘਰ ਸਭ ਕੁਛ ਆਹੀ ਹੈ ਜੀ, ਠੀਕ ਹੈ ਜੀ। ਤਾਂ ਹੁਣ ਆਪਾਂ ਚੱਲੇ ਆਪਣੇ ਘਰਾਂ ਨੂੰ। ਸ਼ੁਕਰਾ ਬਾਈ, ਕਦੋਂ ਸਬਸਕ੍ਰਾਈਬ ਕਰ ਦਿਓ ਬਾਈ, ਬਾਈ ਵੱਧ ਤੋਂ ਵੱਧ ਫੋਲੋ ਕਰੋ ਬੰਦੇ ਨੂੰ, ਬੰਦਾ ਮਿਹਨਤ ਬਹੁਤ ਕਰ ਰਿਹਾ, ਮੁੰਡੇ ਕਰਕੇ ਮੋਟਰਸਾਈਕਲ ਤੇ ਜਾ ਰਿਹਾ, ਬਣਾ ਰਿਹਾ ਵਲੌਗ, ਜਿੰਨਾ ਬੰਦੇ ਨੂੰ ਸਪੋਰਟ ਕਰਨਾ ਉਹਨਾਂ ਦਾ ਫਾਇਦਾ ਤੁਹਾਡਾ ਵੀ। ਰੋਪੜ ਦੀ ਘੈਂਟ ਘੈਂਟ ਵੀਡੀਓ ਮਿਲਦੀ ਰਹਿਣੀ ਹੈ ਅਤੇ ਸਾਰੇ ਜਣੇ ਫੋਲੋ ਕਰ ਲਓ, ਅਤੇ ਸੁਦੀਪ ਮਾਣਕ ਵਲੌਗ ਅਤੇ ਰੋਪੜ ਸਿਟੀ ਅਤੇ ਇੰਸਟਾ ਆਈ ਡੀ ਰੋਪੜ ਸਿਟੀ ਸਾਰੇ ਜਣੇ ਫੋਲੋ ਕਰ ਲਓ, ਘੈਂਟ ਘੈਂਟ ਵੀਡੀਓ ਮਿਲਦੀ ਰਹਿਣੀ ਹੈ। ਅਤੇ ਵਲੌਗ ਨੂੰ ਸਾਰੇ ਜਣੇ ਸ਼ੇਅਰ ਜ਼ਰੂਰ ਕਰ ਦਿਓ, ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਅਤੇ ਵਲੌਗ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ। ਧੰਨਵਾਦ ਜੀ। ਬਾਈ ਜੀ ਇੱਕ ਹੋਰ ਗੱਲ, ਕਿਸਨੇ ਘੁੰਮਣ ਦਾ ਸ਼ੌਂਕ ਹੈ, ਹਾਂਜੀ ਚੀਜ਼ਾਂ ਦੇਖਣੀਆਂ ਇੰਸਟਾਗ੍ਰਾਮ ਤੇ, ਠੀਕ ਹੈ ਜੀ, ਅਲੱਗ ਅਲੱਗ ਵਿਊ ਦੇਖਣੇ ਚੈੱਕ ਕਰਨੇ ਹੈ। ਓਕੇ, ਆਲ ਇੰਡੀਆ ਟੂਰ, ਆਲ ਇੰਡੀਆ ਰੋਡ ਟ੍ਰਿਪ ਟੂਰ, ਠੀਕ ਹੈ ਜੀ, ਵਲੌਗ ਫੋਲੋ ਕਰ ਲਓ, ਠੀਕ ਹੈ ਜੀ, ਵੱਧ ਤੋਂ ਵੱਧ ਸ਼ੇਅਰ ਕਰੋ, ਫੋਲੋ ਕਰੋ ਇੰਸਟਾਗ੍ਰਾਮ ਤੇ, ਠੀਕ ਹੈ ਜੀ। ਬਾਈ ਕਰ ਲਿਓ ਦੱਬ ਕੇ ਸਪੋਰਟ ਕਰੋ ਬਾਈ ਸਾਰਿਆਂ ਨੂੰ, ਤਿੰਨੋ ਜਣੇ ਬਾਈ ਮਿਹਨਤ ਬਹੁਤ ਕਰ ਰਹੇ ਆ, ਠੀਕ ਹੈ ਬਾਈ, ਬਹੁਤ ਗਰਮੀ ਦੇਖ ਲਓ ਬਾਈ, ਤੁਹਾਡੇ ਸਾਹਮਣੇ ਹੀ ਆ, ਕਿੱਥੇ ਗਿਆ ਸੂਰਜ, ਹੋ ਰਿਹਾ ਮਿਲਦੇ ਤੁਹਾਨੂੰ ਆਪਣੀ ਅਗਲੀ ਵੀਡੀਓ ਮਾ, ਥੈਂਕ ਯੂ, ਬਾਏ ਬਾਏ, ਟਾਟਾ। ਉਹ ਬਿੱਲ ਬੋਰਡ ਤੇ ਘੁੰਮਦੇ ਹਾਂ ਉੱਠ ਕੇ।